ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅਤੇ ਤੁਸੀਂ ਵੇਖਦੇ ਪਏ ਹੋ ਮੇਰਾ ਯੂਟਿਊਬ ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਅਤੇ ਇੱਕ ਵਾਰੀ ਫਿਰ ਜਨਾਬ ਆਲੂ ਦੇ ਖੇਤ 'ਤੇ ਮੌਜੂਦ ਹੈ, ਅਤੇ ਆਲੂਆਂ ਦਾ ਕੀ ਰੇਟ ਚੱਲਦਾ ਪਿਆ ਸਾਡੇ ਨਾਲ ਕਿਸਾਨ ਭਾਈ ਮੌਜੂਦ ਨੇ, ਅਤੇ ਉਹਨਾਂ ਜਨਾਬ ਇਹ ਕੀ ਭਾਅ ਕਿਸ ਹਿਸਾਬ ਨੇ ਕਿਲਾ ਫਰੋਖਤ ਕੀਤਾ ਹੈ, ਅਤੇ ਆਓ ਗੱਲ ਕਰਨੇ ਅਤੇ ਫਿਰ ਤੁਹਾਨੂੰ ਮੈਸੀ 385 ਦੀ ਪਰਫਾਰਮੈਂਸ ਵਿਖਾਉਣੇ ਹੈ। ਆਓ ਚਲੀਏ ਜਨਾਬ। ਵਾਲੇਕੁਮ ਸਲਾਮ, ਕੀ ਹਾਲ ਚਾਲ ਨੇ? ਠੀਕ ਹੋ? ਕੀ ਨਾਂ ਤੁਹਾਡਾ? ਮੇਰਾ ਨਾਮ ਅਬਦੁਲ ਸਲਾਮ ਹੈ। ਅਬਦੁਲ ਸਲਾਮ ਬਾਈ ਜਨ, ਮਾਸ਼ਾਅੱਲਾ ਆਲੂ ਸੋਹਣੇ ਨਿਕਲਦੇ ਪਏ ਨੇ, ਅਤੇ ਕਿਲਾ ਕਿੰਨੇ ਦਾ ਵੇਚਿਆ ਹੈ? ਇਹ ਜੀ 1,30,000 ਦਾ ਸਾਡਾ ਐਵੇਂ ਖੜੇ ਖੜੇ ਦਾ ਸੌਦਾ ਹੋਇਆ। ਅੱਛਾ, ਖੜੇ ਖੜੇ ਦਾ ਸੌਦਾ ਹੋ ਗਿਆ। ਖਰੀਦਣ ਵਾਲਿਆਂ ਦੀ ਲੇਬਰ ਵੀ ਉਹਨਾਂ ਦੀ ਹੈ, ਮਜ਼ਦੂਰ ਵੀ ਉਹਨਾਂ ਦੇ, ਟਰੈਕਟਰ ਦੀ ਮਜ਼ਦੂਰੀ ਮੁਕੰਮਲ ਉਹ ਸਾਰੀ ਉਹਨਾਂ ਦੀ ਹੈ। ਅੱਛਾ, ਬੋਰੀਆਂ ਵੀ ਉਹਨਾਂ ਦੀਆਂ, ਹਰ ਚੀਜ਼ ਓਕੇ, ਸਾਰਾ ਕੁਝ ਉਹਨਾਂ ਦਾ ਹੈ ਜੀ। ਮਤਲਬ ਆਪਾਂ ਬਸ 1,30,000 ਲੈ ਕੇ ਕੰਨੀ ਤੇ ਹੋ ਗਏ। ਬਿਲਕੁਲ, 1,30,000 ਅਸੀਂ ਫਾਈਨਲ ਹੈ ਜੀ। ਅੱਛਾ, ਤੁਹਾਡੇ ਅੰਦਾਜ਼ੇ ਨਾਲ ਵੀ 1,30,000 ਜਿੰਨੀ ਮਹਿੰਗਾਈ ਚੱਲਦੀ ਪਈ ਹੈ, ਇਹ ਮੇਰਾ ਤਾਂ ਖਿਆਲ ਵੀ ਪੈਸੇ ਥੋੜੇ ਨਹੀਂ ਆਪਾਂ ਨੂੰ ਜੀ? ਬਿਲਕੁਲ ਥੋੜੇ ਨੇ, ਇਸ ਕਿੱਲੇ 'ਤੇ ਖਰਚਾ ਹੀ ਲੱਖ ਉੱਤੇ ਉੱਤੇ ਹੋ ਜਾਂਦਾ ਹੈ, ਅਤੇ ਫਿਰ ਅੱਗੇ ਰੇਟ ਦੇ ਹਿਸਾਬ ਨਾਲ ਹੀ ਮਜ਼ਦੂਰ ਨੂੰ ਜਾਂ ਕਿਸਾਨ ਨੂੰ ਤਾਂ ਫਾਇਦਾ ਹੈ। ਮਾਰਕੀਟ ਡਿੱਗੀ ਪਈ ਹੈ, ਮਾਰਕੀਟ ਹੈ ਨਹੀਂ, ਮੰਡੀਆਂ ਦੇ ਰੇਟ ਨਹੀਂ ਹੈਗੇ, ਅਤੇ ਨੁਕਸਾਨ ਹੈ ਗਰੀਬ ਬੰਦੇ ਨੂੰ ਤਾਂ, ਜਿੰਨਾ ਫਸਲਾਂ ਠੇਕੇ 'ਤੇ ਲੈ ਅਤੇ ਪੈਸੇ ਇੰਨੇ ਨੇ ਪਾਰ ਕੇ, ਅਤੇ ਆਲੂ ਲਾਏ ਨੇ, ਖਰਚੇ ਕੀਤੇ ਨੇ, ਉਹਨਾਂ ਵਾਸਤੇ ਤਾਂ ਮੰਦਾ ਹੀ ਹੈ। ਇਹ ਅੱਜ ਤੋਂ ਤਕਰੀਬਨ 20-25 ਦਿਨ ਪਹਿਲਾਂ, ਜਦੋਂ ਬਾਰਿਸ਼ਾਂ ਦੇ ਸੀਜ਼ਨ ਤੋਂ ਪਹਿਲੇ, ਇਹ 2,800-3,000 ਤੱਕ ਚਲਿਆ ਗਿਆ ਸੀ ਮਜ਼ਦੂਰ ਦਾ। 25 ਤੋਂ 3,000 ਰਿਹਾ ਇਹਦਾ, 2,800-3,000 ਤੱਕ ਵੀ ਗਿਆ, 2,200-2,500 ਤੱਕ। ਲੇਕਿਨ ਹੁਣ ਆਲੂ ਦਾ ਰੇਟ ਜਿਹੜਾ 1,400-1,500 ਐਂਡ 2,000-1,800 ਤੱਕ ਚੰਗੇ ਆਲੂ ਦਾ ਰੇਟ ਹੈ। ਅੱਛਾ, ਕੀ ਵਜ੍ਹਾ ਬਣੀ ਵੀ ਆਲੂਆਂ ਦੀ ਪੈਦਾਵਾਰ ਜ਼ਿਆਦਾ ਹੈ, ਚੋਖੇ ਲੱਗੇ ਹੋਏ ਹੈ? ਪੈਦਾਵਾਰ ਜ਼ਿਆਦਾ ਹੈ ਜੀ, ਆਪਣਾ ਜ਼ਰਾਈ ਇਲਾਕਾ, ਫਿਰ ਤਹਿਸੀਲ ਦੀਪਾਲਪੁਰ, ਇਹਦੇ 'ਚ ਤਾਂ ਜ਼ਿਆਦਾ ਹੁੰਦਾ ਹੀ ਆਲੂ ਹੈ ਫਿਰ। ਅੱਛਾ, ਅਤੇ ਸ਼ਾਇਦ ਇਸ ਵਜ੍ਹਾ ਤੋਂ ਰੇਟ ਡਿੱਗ ਪਿਆ, ਮੰਡੀਆਂ 'ਚ ਘਾਟ ਹੈ। ਸਹੀ, ਵੀ ਜ਼ਿਆਦਾ ਲੱਗ ਗਏ ਨੇ ਜੀ ਸਰ। ਅਤੇ ਕਣਕ ਮੇਰਾ ਖਿਆਲ ਹੈ ਪਿਛਲੇ ਸਾਲ ਥੋੜ੍ਹੀ ਨਹੀਂ ਲੱਗੀ ਹੋਈ ਜੀ? ਕਣਕ ਥੋੜ੍ਹੀ ਹੈ, ਆਲੂ ਦੀ ਫਸਲ ਜ਼ਿਆਦਾ ਹੈ ਇਸ ਸਾਲ। ਅੱਛਾ, ਅਤੇ ਇਹ ਮੈਨੂੰ ਦੱਸ ਵੀ ਠੇਕਾ ਕੀ ਚੱਲਦਾ ਪਿਆ ਮੌਜੂਦਾ? ਮੌਜੂਦਾ ਠੇਕਾ ਜੀ, ਹੁਣ ਪਿਛਲੇ ਸਾਲ ਦਾ ਜਿਹੜਾ ਸੀ ਉਹ ਤਾਂ 1,10,000 ਤੱਕ ਵੀ ਰਿਹਾ, ਅਗਲੇ ਸਾਲ ਵਾਸਤੇ ਹੁਣ ਜਿਹੜਾ 1,25,000-30,000 ਵੀ ਠੇਕਾ, 1,20,000-25,000 ਹੋ ਗਿਆ? ਬਿਲਕੁਲ ਹੋ ਗਿਆ ਜੀ। ਅੱਛਾ, ਐਡਵਾਂਸ ਦਿੱਤੀ ਬੈਠੇ ਨੇ, ਅਤੇ ਸਹੀ ਬਿਹਤਰ ਜਾਣਦਾ ਹੁਣ ਅਗਾਂਹ ਕੀ ਬਣਦਾ। ਅੱਛਾ, ਅਤੇ ਇਹ ਹੁਣ ਮਤਲਬ ਵੀ ਤੁਸੀਂ 1,30,000 ਦੇ ਤਾਂ ਮੁਤਮਿਨ ਨਹੀਂ ਹੋ, ਕਿਉਂਕਿ ਤੁਸੀਂ ਕਹਿੰਦੇ ਵੀ ਇਹਦੇ ਵਿੱਚ ਖਰਚਾ ਹੀ ਇੰਨਾ ਆ ਗਿਆ ਲੱਖ, ਅਤੇ 25,000 ਬਚਾ ਅਗਰ ਠੇਕਾ ਕੱਢ ਦਈਏ ਤਾਂ ਪਿੱਛੇ ਆਪਾਂ ਵਿਹਲੇ ਹੈ। ਹਾਂ, ਪਿੱਛੇ ਵਿਹਲੇ ਹੈ, ਸਹੀ ਹੋ ਗਿਆ। ਅਤੇ ਖਾਦ ਦਾ ਇਸ਼ੂ ਹੋ ਗਿਆ ਸਾਲ ਵੀ, ਕੋਈ ਨਹੀਂ ਵੀ ਜਿਹੜੀ ਖਾਦ ਨਹੀਂ ਲੱਭਦੀ ਪਈ, ਹੁਣ ਲੱਭਦੀ ਪਈ ਹੈ? ਕੋਈ ਨਹੀਂ, ਹਾਲੇ ਕੋਈ ਨਹੀਂ, ਹਾਲੇ ਤੱਕ ਨਹੀਂ ਮਿਲ ਰਹੀ। ਬਸ ਕੋਈ ਤਲਕ ਵਾਸਤੇ ਨਾਲ ਮਿੰਤਰਲਾ ਕਰ ਅਤੇ ਕੋਈ ਚੰਦ ਬੋਰੀਆਂ ਲੱਭ ਜਾਂਦੀਆਂ ਨੇ, ਲੇਕਿਨ ਰੇਟ 2,400-2,500 ਜਿਹੜਾ ਉਹ ਸਾਨੂੰ ਲਾ ਰਹੇ ਨੇ। ਦੁਕਾਨਾਂ ਤੇ ਤਾਂ ਨਜ਼ਰ ਹੀ ਕੋ ਨਹੀਂ ਆਉਂਦੀ, ਤੇ ਬਿਲਕੁਲ ਨਹੀਂ ਹੈਗੀ ਖਾਦ, ਲੁਕਾਈ ਹੋਈ ਹੈ ਬਿਲਕੁਲ। ਸਹੀ, ਬਹੁਤ ਮਿਹਰਬਾਨੀ ਭਾਈ ਜਾਨ, ਤੁਸੀਂ ਸਾਨੂੰ ਦੱਸਿਆ। ਅਤੇ ਹੁਣ ਮੈਂ ਦੋਸਤੋ ਤੁਹਾਨੂੰ ਆਲੂ ਵਿਖਾਉਣਾ ਜਨਾਬ, ਆਲੂ ਦੀ ਪੋਜੀਸ਼ਨ, ਅਤੇ ਫਿਰ ਤੁਹਾਨੂੰ ਟਰੈਕਟਰ ਦੀ ਵੀ ਪਰਫਾਰਮੈਂਸ ਵਿਖਾਉਣੇ ਆ। ਇਹ ਚੈੱਕ ਕਰ ਲਓ ਜੀ ਆਲੂ, ਇਹ ਮਜ਼ੀਕਾ ਹੈਗੇ ਨਾ ਸਰ? ਹਾਂਜੀ, ਮਜ਼ੀਕਾ। ਅੱਛਾ, ਇਹਨਾਂ ਵਿੱਚ ਨਾ ਕੁਝ ਸਬਜ਼ ਜਿਹੇ ਰੰਗ ਦੇਖੇ ਨੇ, ਇਹ ਕੀ ਮਾਮਲਾ ਹੈ? ਸਾਵੇ ਸਾਵੇ ਕੋਈ ਕੋਈ ਨਜ਼ਰ ਆਉਂਦੇ ਨੇ ਪਏ ਨੇ, ਹਾਂਜੀ, ਇਹ ਕੋਈ ਬਿਮਾਰੀ ਹੁੰਦੀ ਹੈ ਦੋਸਤੋ? ਇਹ ਚੈੱਕ ਕਰੋ ਜੀ, ਜ਼ਬਰਦਸਤ 1/2 ਕਿਲੋ ਤੋਂ ਉੱਤੇ ਆਇਆ ਜੀ। ਅਤੇ ਇਸੇ ਤਰੀਕੇ ਮੇਰਾ ਖਿਆਲ ਹੈ ਕਾਫੀ ਵਜ਼ਨ ਵਾਲੇ ਆਲੂ ਪਏ ਨੇ, ਇਹ ਚੈੱਕ ਕਰ ਲਓ, ਲਾਈਨਾਂ ਲੱਗੀਆਂ ਪਈਆਂ ਨੇ ਬਾਈ। ਅਤੇ ਮੇਰਾ ਅੰਦਾਜ਼ਾ ਹੈ ਵੀ 100 ਬੋਰੀ ਤਾਂ ਇਨਸ਼ਾਅੱਲਾ ਤਾਲਾ ਨਿਕਲ ਜਾਵੇਗੀ, ਲੇਕਿਨ ਇਹਦੇ ਵਿੱਚ ਜਿਹੜਾ ਨਾ ਕਿਸਾਨ ਨੂੰ ਫਾਇਦਾ ਕੋਈ ਨਹੀਂ, ਜੇ ਅਗਰ ਇਹ ਖਰੀਦਦਾਰ ਹੈ ਸਟਾਕ ਹੀ ਆ ਤਾਂ ਉਹ ਇਸ ਨੂੰ ਕਰੇਗਾ ਸਟੋਰ, ਅਤੇ ਜੂੰ ਹੀ ਮਾਰਕੀਟ ਉੱਤੇ ਚਲੇਗੀ ਅਤੇ ਉਹ ਭਰਾ ਉਹ ਮੁਨਾਫਾ ਕਮਾ ਲਿਆ ਸੀ। ਜਿਹਦੇ ਕੋਲ ਪੈਸਾ ਹੈ ਉਹਨੇ ਹੀ ਮੁਨਾਫਾ ਕਮਾਉਣਾ ਹੈ, ਅਤੇ ਕਿਸਾਨ ਜਿਹੜੇ ਨੇ ਅਸਾਂ ਤਾਂ ਫਿਰ ਹੁਣ ਅਗਲੀ ਫਸਲ ਬੀਜਣੀ ਹੈ ਮਕਈ, ਜਿਹਦੀ ਵਜ੍ਹਾ ਨਾਲ ਫਿਰ ਇੱਕ ਤਾਂ ਜ਼ਮੀਨ ਨੂੰ ਖਾਲੀ ਕਰਨਾ ਸੀ, ਅਤੇ ਦੂਸਰਾ ਪੈਸੇ ਦੀ ਜ਼ਰੂਰਤ ਅਗਲੀ ਫਸਲ ਵਾਸਤੇ। ਜਿਸ ਤਰੀਕੇ ਸਾਰੇ ਕਿਸਾਨ ਭਾਈਆਂ ਨੂੰ ਪਤਾ ਵੀ DAP ਜਿਹੜੀ ਹੈ 10,000 ਨੂੰ ਹੈ, 2,500 ਨੂੰ ਯੂਰੀਆ ਹੋ ਗਈ ਹੈ, ਇਸੇ ਤਰੀਕੇ ਹਰ ਚੀਜ਼ ਮਹਿੰਗੀ ਹੋ ਗਈ ਹੈ, ਜ਼ਰਾਈ ਹਾਲਾਤ, ਟਰੈਕਟਰ, ਹਰ ਚੀਜ਼ ਮਹਿੰਗੀ ਹੈ ਜਨਾਬ। ਅਤੇ ਇਹ ਹੁਣ ਚੈੱਕ ਕਰ ਲਓ, ਆਲੂ ਤਾਂ ਮਾਸ਼ਾਅੱਲਾ ਕਾਫੀ ਨਿਕਲੇ ਪਏ ਨੇ, ਕਿਸਾਨ ਤਾਂ ਕਾਫੀ ਮਿਹਨਤ ਕਰਦੇ ਹੈਗੇ ਨੇ, ਲੇਕਿਨ ਇਸ ਦਾ ਜਿਹੜਾ ਨਾ ਫਲ ਹੈ ਉਹ ਬਈ ਤਾਜਰ ਖਾ ਜਾਂਦੇ ਨੇ, ਜਿਹਦੇ ਵਿੱਚ ਜ਼ਖੀਰਾ ਅੰਦੋਜ਼ ਸਰੇ ਫਰਿਸ਼ਤ ਹੁੰਦੇ ਨੇ। ਅਤੇ ਪਾਕਿਸਤਾਨ ਦੇ ਵਿੱਚ ਅਫਸੋਸ ਹੈ, ਹਕੂਮਤ ਤੋਂ ਜ਼ਖੀਰਾ ਅੰਦੋਜ਼ ਹੀ ਨਹੀਂ ਕਾਬੂ ਆਉਂਦੇ ਪਏ, ਕਦੀ
ਚੀਨੀ ਦੇ ਜ਼ਖੀਰਾਂਦੋਜ਼ ਤੇ ਕਦੇ ਹੀ ਆ ਜਾਂਦੇ ਨੇ ਜਨਾਬ, ਯੂਰੀਆ ਦੇ ਜ਼ਖੀਰਾਂਦੋਜ਼ ਇਸੇ ਤਰੀਕੇ ਜਿਸ ਚੀਜ਼ ਦੀ ਵੀ ਕਮੀ ਕਰਦੇ ਨੇ ਉਹ ਚੀਜ਼ ਮੁਲਕ ਵਿੱਚ ਮਹਿੰਗੀ ਹੋ ਜਾਂਦੀ ਹੈ। ਤਿੰਨ ਸੌ ਪਚਾਸੀ ਅਤੇ ਬੰਪਰ ਦਾ ਚੈੱਕ ਕਰ ਲਓ, ਸਿਰਫ ਵੇਟ ਰੱਖਣ ਵਾਸਤੇ, ਵਜ਼ਨ ਰੱਖਣ ਵਾਸਤੇ ਮਿੱਟੀ ਦਾ ਤੋੜਾ ਰੱਖਿਆ ਹੋਇਆ, ਆ ਬੋਰੀ ਰੱਖੀ ਹੋਈ ਵੀ ਅੱਗੂ ਚੁੱਕੀ ਵੇ ਨਾ। ਭਰਿਆ ਗਿਆ ਜੀ, ਆ ਜਾਮ ਹੋ ਗਿਆ ਦੋਸਤੋ, ਜ਼ਬਰਦਸਤ ਆ ਧੱਕੇ ਨਾਲ ਹੀ ਮੱਟੀ ਨਿਕਲਦੀ ਪਈ ਹੈ, ਕਸਰ ਕੋਈ ਨਹੀਂ ਛੱਡੀ ਇਸ ਨੇ। ਸਾਹ ਜੀ ਬੈਲਟ ਤੁਹਾਡੇ ਥੋੜ੍ਹਾ ਜਿਹਾ ਮੇਰਾ ਖਿਆਲ ਹੈ ਵੀ ਢਿੱਲੇ ਨੇ। ਅੱਛਾ ਅੱਛਾ ਸਰ, ਕੀ ਹਾਲ ਚਾਲ ਨੇ? ਵੀ ਇਹ ਠੀਕ ਹੈ ਅਤੇ ਕੀ ਰੇਟ ਚੱਲਦਾ ਪਿਆ ਅੱਜ ਕੱਲ੍ਹ? ਹਾਂ ਸਿੰਗਲ ਦਾ ਅਤੇ ਡਬਲ ਡਬਲ 5,000 ਹੈ। ਕਿੰਨੇ ਕੁ ਹੁਣ ਪੱਟ ਲੈਂਦੇ ਹੋ, ਕਿਉਂਕਿ ਹੁਣ ਸੀਜ਼ਨ ਬੜਾ ਹੈਵੀ ਹੈ, 4 ਕਿੱਲੇ ਪੱਟੇ ਜਾਂਦੇ ਨੇ? ਕੱਲ ਕਿੰਨੇ ਕਿੱਲੇ ਪੱਟੇ ਨੇ? 3 ਕਿੱਲੇ, ਅੱਜ 4 ਕਿੱਲੇ ਪੱਟ ਜਾ ਸੋ। ਅੱਛਾ ਐਂ ਨਹੀਂ ਅੱਗੇ 2.5, ਚਲੋ ਠੀਕ ਹੋ ਗਿਆ। ਬੈਲਟ ਤੁਹਾਡੇ ਢਿੱਲੇ ਨੂੰ ਟਾਇਰ ਟੂਟ ਕਰੋ ਅਤੇ ਚਲਾਓ ਲੈਣ ਯਾਦ ਕਰਕੇ। ਜ਼ਬਰਦਸਤ ਜਨਾਬ ਦੋਸਤੋ, 85 ਨੂੰ ਜਿਹੜਾ ਟਾਇਰਾਂ ਦਾ ਮਾਮਲਾ ਹੈ ਨਾ, ਅਗਰ ਕੰਪਨੀ ਇਹ ਹੱਲ ਕਰ ਦੇਵੇ ਤਾਂ 385 ਦੀ ਸੇਲ ਡਬਲ ਹੋ ਜਾਵੇ। ਆ ਬਿਲਾਰਸ ਵਾਲਾ ਜਿਹੜਾ ਸਾਈਜ਼ ਹੈ ਰੂਸੀ ਟਰੈਕਟਰ ਵਾਲਾ ਅਤੇ ਰਿਮ, ਇਹ ਹੁਣ ਤੁਸੀਂ ਅੰਦਾਜ਼ਾ ਲਓ ਵੀ ਖੇਲੀ ਦੇ ਵਿੱਚ ਟਾਇਰ ਜਾ ਰਹੇ ਨੇ ਅਤੇ ਖੇਲੀ ਨੂੰ ਜਾਂ ਆਲੂ ਨੂੰ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਹੈਗੀ। ਜਿਹੜੀ ਮਿੱਟੀ ਹੈ ਦੋਸਤੋ, ਤਕਰੀਬਨ ਹੁਣ ਧੁੱਪਾਂ ਪੈਂਦੀਆਂ ਪਈਆਂ ਤਾਂ ਖੁਸ਼ਕ ਹੋਈ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਥੋੜ੍ਹੀ ਜਿਹੀ ਆਸਾਨੀ ਹੋਈ ਜਾਂਦੀ ਹੈ ਆਲੂਆਂ ਦੀ ਪਟਾਈ ਵਿੱਚ। ਦੋਸਤੋ ਆਲੂ ਦੀ ਜਿਹੜੀ ਫਸਲ ਹੈ ਕਮਾਲ ਦੀ ਫਸਲ ਹੈ, ਇਹ ਹਰ ਇੱਕ ਕਿਸਾਨ ਨੂੰ 4 ਕਿੱਲੇ 5 ਕਿੱਲੇ
ਛੋਟਾ ਕਿਸਾਨ ਹੈ ਜਾਂ ਵੱਡਾ ਕਿਸਾਨ ਹੈ, ਵੱਡਿਆਂ ਤਾਂ ਫਿਰ ਵੱਡੇ ਪਲਾਟ ਹੀ ਲਗਾਉਣੇ ਨੇ, ਜਿਹੜੇ ਛੋਟੇ ਕਿਸਾਨ ਨੇ 10-20 ਕਿੱਲਿਆਂ ਵਾਲੇ ਉਹਨਾਂ ਨੂੰ ਵੀ ਕਮ ਸੇ ਕਮ 4-5 ਕਿੱਲੇ ਲਗਾਉਣੇ ਚਾਹੀਦੇ ਨੇ, ਕਿਉਂਕਿ ਡਬਲ ਫਸਲ ਹੋ ਜਾਂਦੀ ਹੈ। ਆਲੂ ਅਗਰ ਮੁਨਾਫਾ ਦੇ ਜਾਂਦੇ ਨੇ ਤਾਂ ਉਹਨਾਂ ਦੀ ਮੱਕੀ ਮਜ਼ੀਦ ਮੁਨਾਫਾ ਦੇਵੇਗੀ, ਅਗਰ ਆਲੂ ਪੂਰੇ ਹੋ ਜਾਂਦੇ ਨੇ ਤਾਂ ਜਿਹੜੀ ਮੱਕੀ ਹੈ ਉਹ ਤੁਹਾਨੂੰ ਜਨਾਬ ਇਜ਼ਾਫੀ ਪੈਸੇ ਦੇਵੇਗੀ। ਅਤੇ ਇੱਕ ਸਾਲ ਦੇ ਵਿੱਚ 3 ਫਸਲਾਂ ਲਾਜ਼ਮੀ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਹੁਣ ਉਹ ਪੁਰਾਣੇ ਵਕਤ ਗਏ ਰਵਾਇਤੀ ਫਸਲਾਂ ਵਾਲਾ, ਬਈ ਮੂੰਜੀ ਅਤੇ ਕਣਕ, ਅਤੇ ਮੂੰਜੀ ਕਣਕ ਲਾਉਂਦੇ ਰਹੋਗੇ ਤਾਂ ਤੁਸੀਂ ਕੋਈ ਨਹੀਂ ਅਮੀਰ ਹੋਣਾ। ਅਤੇ ਆ ਜਿੰਨੇ ਵੀ ਦੋਸਤ ਵੇਖੇ ਨੇ ਜਿਨ੍ਹਾਂ ਦੇ ਹਾਲਾਤ ਬਦਲੇ ਨੇ, ਉਹਨਾਂ ਬਈਆ 3 ਫਸਲਾਂ ਕੀਤੀਆਂ ਅਤੇ ਹਾਲਾਤ ਬਦਲੇ ਨੇ। ਅਤੇ ਹੁਣ ਮੈਂ ਤੁਹਾਡੇ ਸਾਰੇ ਬਰਾਮਦ ਲੈਣਾ ਇਜਾਜ਼, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।